ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਹਨ ਅਤੇ ਇਸ ਵੇਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਚੋਣਾਂ ਲੜਨ ਜਾ ਰਹੇ ਹਨ। ਜੀ ਹਾਂ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਜਾ ਰਹੇ ਹਨ ਅੰਮ੍ਰਿਤਪਾਲ ਸਿੰਘ। ਇਸ ਦੀ ਪੁਸ਼ਟੀ ਉਹਨਾਂ ਦੇ ਵਕੀਲ ਰਾਜਦੀਪ ਸਿੰਘ ਵੱਲੋਂ ਕੀਤੀ ਗਈ ਹੈ। ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ 'ਚ ਤੋਰਿਆ, ਜੰਗ ਦੇ ਮੈਦਾਨ 'ਚ ਗਏ ਨੇ, ਸਿੰਘਾਂ ਦੇ ਨਾਲ ਘੰਟਿਆਂ ਬੱਧੀ ਯੁੱਧ ਹੋਇਆ, ਲੜਦਿਆਂ ਸ਼ਹੀਦੀ ਪਾਈ ਹੈ। ਸ਼ਹੀਦੀ ਪਾ ਕੇ ਬਾਬਾ ਅਜੀਤ ਸਿੰਘ ਜੀ ਜਦੋਂ ਜ਼ਮੀਨ 'ਤੇ ਡਿੱਗੇ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਉੱਚੀ ਜਕਾਰਾ ਛੱਡਿਆ ਵੀ ਖਲਕਤ ਕੰਬ ਗਈ। ਬਾਬਾ ਜੁਝਾਰ ਸਿੰਘ ਆਏ, ਉਹਨਾਂ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਜਿੱਥੇ ਵੱਡਾ ਭਰਾ ਗਿਆ ਸਾਡਾ ਮਨ ਉੱਥੇ ਜਾਣ ਨੂੰ ਲੋਚਦਾ ਹੈ, ਕਿਰਪਾ ਕਰੋ ਸਾਨੂੰ ਵੀ ਸ਼ਹੀਦੀ ਦੀ ਦਾਤ ਬਖਸ਼ ਦਿਓ। ਆਪਣੇ ਵਕੀਲ ਨਾਲ ਕੀਤੀ ਗਈ ਮੁਲਾਕਾਤ ਵਿੱਚ ਹੀ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਸੀ। ਅੰਮ੍ਰਿਤਪਾਲ ਇਸ ਵੇਲੇ NSA ਦੇ ਚੱਲਦੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਹੈ। ਹੁਣ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਅੰਮ੍ਰਿਤਪਾਲ ਦਾ ਚੋਣ ਲੜਨਾ ਲਗਭਗ ਤੈਅ ਹੈ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇਸੇ ਹੀ ਹਲਕੇ 'ਚੋਂ ਆਮ ਆਦਮੀ ਪਾਰਟੀ ਦੇ ਲਾਲਜੀਤ ਭੁੱਲਰ ਅਤੇ BJP ਦੇ ਮਨਪ੍ਰੀਤ ਮੰਨਾ ਉਮੀਦਵਾਰ ਹਨ। ਤੁਸੀਂ ਇਸ ਖਬਰ ਬਾਰੇ ਕੀ ਰਾਏ ਰੱਖਦੇ ਹੋ? ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਸਾਂਝੀ ਕਰੋ ਅਤੇ ਹੋਰਨਾਂ ਅਪਡੇਟਸ ਲਈ ਸਾਡਾ ਚੈਨਲ ਵਾਰਿਸ ਮੀਡੀਆ ਸਬਸਕ੍ਰਾਈਬ ਕਰੋ। ਧੰਨਵਾਦ।